ਲਓ ਭਾਈ 6 ਮਹੀਨਿਆਂ ਦੀ ਮਿਹਨਤ ਲੱਗ ਗਏ ਪਾਉਣ ਟਰੈਕਟਰ ਦੇ ਵਿੱਚ। ਅੱਜ ਨਿੰਮਾ ਫੜੇ ਲੈਣਾ ਮੈਂ। ਕਈ ਦਿਨਾਂ ਨੂੰ ਰੌਲਾ ਪਾਇਆ ਵੀ ਮੇਰੀ ਜੀਰੀ ਝਾੜ ਹੋ ਰਿਹਾ, ਜੀਰੀ ਝਾੜ ਇੱਕ ਹਫ਼ਤਾ ਹੀ ਹੋ ਗਿਆ। ਮੈਂ ਕਿਹਾ ਅੱਜ ਖੇਤਾਂ ਜਾ ਕੇ ਉਹਨੂੰ ਫੜਦਾ ਮੈਂ ਵੀ ਸੱਚੀ ਕਿ ਝੂਠ ਤਾਂ ਨਹੀਂ ਬੋਲਦਾ। ਨਾਲੇ ਇੱਕ ਦਿਨੀ ਉਹਨੂੰ ਖੁਸ਼ਖਬਰੀ ਅੱਜ ਦਿੰਦਾ ਜਾ ਕੇ ਉਹਨੂੰ। ਅਤੇ ਹਾਂ, ਜਿਹੜੀ ਮੈਂ ਕੱਲ੍ਹ ਵੀਡੀਓ ਪਾਈ ਤੀ ਅਤੇ ਉਹਦੇ ਵਿੱਚ ਮੈਂ ਕਿਹਾ ਵੀ ਜਿੱਦਾਂ ਵੀ ਮੈਂ ਲਾਈਫ ਜਿੰਦਾ ਵੀ ਇੱਦਾਂ ਦੇ ਨਾ ਮੇਰੀ ਲਾਈਫ ਦੇ ਲੋਕਾਂ ਦੇ ਡਰੀਮ ਹੈ ਵੀ ਜਿੱਦਾਂ ਮੈਂ ਲਾਈਫ ਜੀਰਾ ਜਿੱਦਾਂ ਘੁੰਮ ਫਿਰ ਰਿਹਾ, ਕਦੇ ਕਿਤੇ ਲੰਘ ਜਾਂਦਾ ਕਦੇ ਕਿਤੇ ਲੰਘ ਜਾਂਦਾ ਵੀ ਕਿ ਲੋਕ ਕਿ ਟਾਈਮ ਹੀ ਅੱਜ ਕੱਲ੍ਹ ਦੇ ਸਮੇਂ ਵਿੱਚ ਨਾ ਵੀ ਕਿਤੇ ਨਿਕਲਣ ਦਾ, ਇੰਨੀ ਕੁ ਲਾਈਫ ਸਾਡੀ ਬਿਜੀ ਹੋਈ ਹੋਈ ਹੈ। ਉਹ ਬੰਦਾ ਕਮੈਂਟ ਕਰ, ਉਹ ਹੋਰੇ ਪਾਸੇ ਨੂੰ ਗੱਲ ਲੈ ਗਿਆ, ਉਹ ਲੈ ਗਿਆ ਕਹਿੰਦਾ ਵੀ ਤੇਰੇ ਕੋਲ ਕਿਆ ਇੱਕ ਥਾਰ ਹੈ, ਇੱਕ ਬੁਲਟ ਹੈ, ਹੋਰ ਤੇਰੇ ਕੋਲ ਕਿਆ ਕਹਿੰਦਾ। ਉਹ ਮੈਂ ਕਿਹਾ ਇਹਨਾਂ ਦਾ ਮੈਂ ਕਦੇ ਮਾਣ ਨਹੀਂ ਕਰਿਆ ਹੈਗਾ। ਮਹਾਰਾਜ ਸ਼ੁਕਰਾਨਾ ਕਰਨ ਵੀ ਜਾਈਦਾ, ਮੱਸਿਆ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਵੀ ਜਾਈਦਾ, ਇਹਨਾਂ ਦਾ ਕਦੇ ਮਾਣ ਨਹੀਂ ਕਰਿਆ ਹੈਗਾ। ਮੈਂ ਕਿਹਾ ਜਿੱਦਾਂ ਮੈਂ ਲਾਈਫ ਜੀਂਦਾ ਉਹ ਕਹਿੰਦਾ ਮੈਂ ਵੀ ਜਿੱਦਾਂ ਮੈਂ ਘੁੰਮ ਰਿਹਾ। ਹੁਣ ਇੱਕ ਸਾਡਾ ਫਿਰ ਟੂਰ ਆ ਰਿਹਾ, ਉਸ ਤੋਂ ਹਰ ਮਹੀਨੇ ਆਪਾਂ ਕੋਈ ਨਾ ਕੋਈ ਟੂਰ ਬਣਾ ਕੇ ਟੂਰ ਰੱਖਦੇ ਹਾਂ ਕਿਤੇ ਨਾ ਕਿਤੇ ਜਾਣ ਦਾ, ਕਦੇ ਕਿਤੇ ਲੰਘ ਜਾਈਦਾ ਕਦੇ ਕਿਤੇ ਲੰਘ ਜਾਈਦਾ। ਇਹ ਕਹਿੰਦਾ ਘੁੰਮਣ ਫਿਰਦਾ, ਇਹ ਟੂਰ ਮੈਂ ਦਿਖਾਉਂਦਾ ਪਤਾ ਨਾ ਕਮੈਂਟ, ਮੈਨੂੰ ਹਾਸੀ ਬਹੁਤ ਆਈ। ਕਹਿੰਦਾ ਤੇਰੇ ਦਿਖਾਉਂਦਾ ਇੱਕ ਮਿੰਟ ਆਹ ਕਰਿਆ ਉਹਨੇ ਸਾਹਮਣੇ ਕਮੈਂਟ, ਮੈਂ ਉਹਦਾ ਨਾਮ ਮਟੇਤਾ ਮਾੜਾ ਜਿਹਾ ਉਹਦੇ ਵਿੱਚ ਪਾ ਕੇ ਅਤੇ ਆਹ ਕਰਿਆ ਸਾਰਾ ਕਮੈਂਟ। ਤੇਰੀ ਲਾਈਫ ਦੱਸ, ਇੱਕ ਥਾਰ ਤੇਰੇ ਕੋਲ, ਇੱਕ ਬੁਲਟ ਤੇਰੇ ਕੋਲ, ਤੂੰ ਚੰਦਰਮਾ 'ਤੇ ਜਗ੍ਹਾ ਲਈ ਹੈ। ਮਾਝੇ ਵੱਲ ਆ ਕੇ ਕਹਿੰਦਾ ਵੇਖੀ ਤੇਰੇ ਵਰਗੇ ਸਿਰੀ ਰੱਖੇ, ਕਹਿੰਦਾ ਤੇਰੇ ਵਰਗੇ ਨੌਕਰ ਰੱਖੇ ਤੁਹਾਡੀ, ਹੋਰ ਕਿਤੇ ਤੂੜੀ ਵਾਲੇ ਬਹੁਤ ਅਜੇ ਮਾਮਾ ਲੋਕਾਂ ਦੇ ਸੰਦ ਤੇਰੇ ਨਾਲੋਂ ਵੱਡੇ ਵੱਡੇ ਤੂੜੀ ਵਾਲੇ ਬਰਾਂਡਿਆਂ ਵਿੱਚ ਖੜ੍ਹੇ ਆ, ਮੇਰੇ ਨਾਲੋਂ ਵੱਡੇ। ਮੈਂ ਇਹ ਥੋੜ੍ਹੀ ਕਹਿੰਦਾ ਮੈਂ ਜਿਹੜੇ ਵੀਰੇ ਕਮੈਂਟ, ਮੈਂ ਕਿਹਾ ਮੇਰੇ ਵਰਗੀ ਲਾਈਫ। ਬਹੁਤ ਜਲਦ ਹੁਣ ਸਾਡਾ ਥਾਈਲੈਂਡ ਦਾ ਟੂਰ ਆ ਰਿਹਾ, ਇੱਕ ਹੋਰ ਕੰਟਰੀ ਦਾ ਟੂਰ ਆ ਰਿਹਾ, ਬੜੀਆਂ ਚੀਜ਼ਾਂ ਦਾ ਟੂਰ ਆ ਰਿਹਾ ਜਿੱਦਾਂ ਮੈਂ ਦੁਨੀਆ ਘੁੰਮਦੇ ਧੂਮ ਰਿਹਾ। ਜੇ ਮੈਨੂੰ ਯੂਟਿਊਬ ਪੈਸੇ ਦਿੰਦੀ ਹੈ ਤਾਂ ਮੈਂ ਖਰਚਦਾ ਵੀ ਹਾਂ, ਮੇਰਾ ਉਹ ਨਹੀਂ ਹੈਗਾ ਇਨ ਆਈ ਜਾਵੇ ਆਊਟ ਨਾ। ਜਿੱਦਾਂ ਕਈ ਲੋਕਾਂ ਦੇ ਸਾਡੇ ਪੰਜਾਬੀਆਂ ਦੇ ਵਿੱਚ ਇਹ ਜ਼ਿਆਦਾ ਚੀਜ਼ ਮੈਂ ਦੇਖਦਾ ਹੁੰਦਾ, ਇਨ ਆਈ ਜਾਵੇ ਜਾਵੇ ਨਾ। ਮੇਰਾ ਇਹ ਆਉਂਦੀ ਹੈ ਅਤੇ ਜਾਵੇ ਵੀ, ਸਰਕਲ ਚੱਲੀ ਜਾਵੇ, ਇੱਕ ਜਗ੍ਹਾ ਸਟੱਕ ਜਾਂ ਨਾ ਰਹਿਣ। ਬਸ ਯੂਟਿਊਬ ਦਿੰਦੀ ਆਪਾਂ ਖਰਚਦੇ ਹਾਂ, ਇਹ ਚੀਜ਼ ਹੈ। ਅੱਜ ਨਿੰਮਾ ਫੜਦੇ ਹੁਣ ਜਾ ਕੇ ਨਿੰਮੇ ਦਾ ਬਾਪੂ ਜਾਂਦਾ ਹਾਂ ਨਾਲ ਬਿਠਾੜਦੇ ਫਿਰ ਆਪਾਂ। ਤੁਹਾਡੇ ਟਾਈਮ ਬਹੁਤ ਰਾਤ ਆ ਭਈਆ ਨੇ, ਦੋਵੇਂ ਬੰਦੇ ਤਾਂ ਕਰਕੇ ਟਾਈਮ ਲਾ ਜਾਣਾ ਨੇ। ਉਹ ਜੱਟ ਉਹ ਨਿੰਮੇ ਕਿਆ ਕਰਦਾ ਕਿਆ ਇਹ ਸਾਈਕਲ ਨਿੰਮੇ ਦਾ ਆ ਖੜਾ ਆਪ ਹੈ ਨੀ ਉਹ ਯੂਨੀਵਰਸਿਟੀ ਕੋਲ ਤਾਂ ਨਹੀਂ ਹੈਗਾ। ਉਹ ਨਿੰਮੇ ਨਿੰਮਾ ਖੋ ਗਿਆ ਸਾਡਾ ਯਾਰ, ਉਹ ਫਿਰਦਾ ਕਹੀ ਚੱਕੀ ਫਿਰਦਾ ਝੋਟ ਆ ਲੈ ਝਾੜ ਰਹੀ ਆਪੂ ਹੈ। ਅੱਛਾ ਹਾਂ ਲਿਆ ਰਹਿੰਦੀ ਝਾੜਨੇ ਨੂੰ, ਉਹ ਝਾੜ ਦੀ ਕਰ ਲੈ ਗਏ ਇਹ ਝਾੜੀ ਬਰਦਰ ਹੈ ਥਾਈਲੈਂਡ ਜਾਣੇ ਨੂੰ। ਉਧਰ ਕਵੈਨ ਚੱਲ ਰਹੀ ਹੈ ਹੁਣ, ਕੰਮ ਜਾਣਾ ਇੱਥੇ ਜਾਣਾ ਹੁਣ ਮੈਂ ਇੱਕ ਤਾਂ ਖਾਲ ਸਵਾਰਨੀ ਘਾ ਫੋਲਣੀ ਆ ਤਾਂ ਹੀ ਚੱਕ ਕੇ ਲੈ ਜਾਣੀ ਬਾਈ। ਅੱਛਾ ਪਹਿਲਾਂ ਫੋਲਣੀ ਪੈਣੀ ਹੈ, ਉਧਰ ਖਾਲ ਸਵਾਰ ਕੇ ਆਇਆ। ਅਰੇ ਖਾਲ ਸਵਾਰਨੀ, ਚਲੋ ਮੈਂ ਦੇਖਾਂ ਜਾ ਕੇ ਉਧਰ। ਮੈਂ ਤਾਂ ਆਹੀ ਦੇਖਣਾ ਹੈ ਵੀ ਕਿਹੜੀ ਹਲੇ ਇੱਧਰ ਝਾੜੇ, ਤਾਂ ਫਿਰ ਤੁਸੀਂ ਪੰਗਾ ਕਾਹਤੇ ਲੱਤਾਂ ਕਬੈਨ ਤੇ ਬਿਠਾ ਲੈਂਦੇ ਬਾਈ, ਆਹੀ ਦਾ ਕੰਮ ਖਰਾਬ ਹੋ ਗਿਆ। ਹਾਂ ਤੂੰ ਕਬੈਨ ਤੇ ਬਿਠਾ ਲੈਂਦੇ ਇਹਦੇ ਨਾਲ ਤਾਂ ਯਾਰ ਬਾਈ, ਉਹਨੇ ਦੱਸਿਆ ਨਹੀਂ ਸਾਨੂੰ ਵੀ ਚਿੜੀ ਆ ਇਹ। ਹਾਂ ਜਿਹੜੀ ਆਹ ਛੱਪੀ ਹੈ ਨਾ, ਹਾਂ ਝਾੜ ਤਾਂ ਵਧੀਆ ਇਹਦਾ ਪਰ ਚਿੜੀ ਬਹੁਤ ਝੜਦੀ ਨਹੀਂ ਹੈਗੀ। ਚੱਲ ਮੈਂ ਦੇਖਦਾ ਹੁਣ, ਠੀਕ ਆ ਚਿੜੀ ਚਿੜੀ ਕਰਕੇ ਟਾਈਮ ਲੱਗ ਰਿਹਾ ਇਹਨੂੰ। ਜਿਹੜੀ ਛੱਬੀ ਕਿਹੜੀ ਦੀ ਇਹ, ਛੱਬੀ ਕਿਹੜੀ ਦੀ, ਛੱਬੀ ਤਾਂ ਫਿਰ ਚਿੜੀ ਬਹੁਤ ਹੁੰਦੀ ਆ, ਕਿੱਥੇ ਪੰਗਾ ਲੈ ਲਿਆ। ਛੱਬੀ ਤਾਂ ਬਹੁਤ ਚਿੜੀ ਹੁੰਦੀ ਸਾਲੀ, ਝਾੜੇ ਝੜਦੀ ਨੀ ਹੈਗੀ। ਚੱਲ ਮੈਂ ਦੇਖਾ ਉਧਰ, ਬਹੁਤ ਦੇਖਾ ਕਬੈਨ ਚੱਲਦੀ ਆ ਕਿਆ ਝਾੜ ਝੁੜ ਉਧਰ। ਹਾਂ ਲਓ ਭਾਈ 6 ਮਹੀਨਿਆਂ ਦੀ ਮਿਹਨਤ ਲੱਗ ਗਏ ਪਾਉਣ ਟਰੈਕਟਰ ਦੇ ਵਿੱਚ। ਰਾਤ ਤਾਂ ਰੱਬ ਨੇ ਡਰਾ ਦਿੱਤੇ, ਮੀਂਹ ਆ ਗਿਆ ਤਾਂ ਰਾਤ, ਪਰ ਹੁਣ ਥੋੜ੍ਹੀ ਬੱਚਤ ਹੈ। ਅਲੱਗ ਅਲੱਗ ਖੇਤ ਆ ਇਹ,
ਆਹ ਕਿਸੇ ਦਾ ਆਹ ਕਿਸੇ ਦਾ ਹੈ ਇਹ ਪਹਿਲਾਂ ਹੋਰ ਮੇਜਰ ਨਾ ਹੁੰਦਾ ਦਾ ਅੱਛਾ ਇਹ ਇੱਧਰ ਆ ਗਿਆ ਹੁੰਦਾ ਹਾਂ ਹਾਂ ਜੋ ਫੇਗੋ ਆ ਗਿਆ ਦਾ ਇਹ ਹੁਣ ਮੇਰਸੀ ਲੱਤੀ ਹੋਈ ਆ ਆ ਮੇਰਸੀ ਦੀ ਆ ਅੱਛਾ ਮੇਰਸੀ ਆ ਗਿਆ ਬੜੀ ਸੋਹਣੀ ਹੋਈ ਜੀ ਦੀ ਮੇਰਸੀ ਦੀ ਯਾਰ ਹਾਂ ਦੇਖਤਾ ਸੀ ਗੱਡੀ ਬੰਦੇ ਦਾ ਹੀ ਬਟਾਈ ਪਰ ਅੱਛਾ ਇਹ ਨਾ ਮਿਲਕੇ ਲਾਈ ਹੋਣਾ ਨਾਲ ਦੋਨੇ ਜਣੇ ਹਾਂ ਹਾਂ ਜੀਰੀ ਤਾਂ ਟੋਪ ਦੀ ਭਾਈ ਮੈਂ ਕਿਹਾ ਰਾਤ ਰਾਤ ਰੱਬ ਨੇ ਡਰਾ ਦਿੱਤੇ ਜਾਂ ਮੀਂਹ ਆਇਆ ਹਾਂ ਫਿਰ ਮੇਰੇ ਨਾਲ ਚੱਲਿਆ ਆ ਜਾ ਬਹਿ ਜਾ ਬਾਪੂ ਆ ਮੁੜ ਗਿਆ ਬਸ ਕਰ ਦੀਏ ਸਟਾਰਟ ਕਿਹੜਾ ਹੀ ਮਾਮਾ ਆਇਆ ਤਾ ਉਹ ਜਿਹੜਾ ਮੈਂ ਦੇਖ ਕੇ ਆਇਆ ਮੈਂ ਕਿਹਾ ਭਾਈਏ ਲੱਗੇ ਦੇ ਘਰੇ ਆਏ ਨੇ ਇੱਧਰ ਆ ਵੀ ਵੱਢ ਹੋ ਗਈ ਇੱਧਰ ਆ ਰਹਿ ਗਈ ਹਲੇ ਮੇਰੇ ਉੱਧਰ ਮੋਟਰ ਆ ਗਈ ਸਾਹਮਣੇ ਦੇਖੋ ਉਹ ਵੀ ਦਿਨ ਹੁੰਦੇ ਸੀ ਜਦੋਂ ਨਾ ਅਸੀਂ ਮੱਝਾਂ ਰੱਖੀਆਂ ਹੋਈਆਂ ਆ ਚੱਕ ਨਾ ਹਰਾ ਹਰਾ ਜਿਹੜੇ ਹਰਾ ਹਰਾ ਉੱਪਰ ਉੱਪਰ ਦੇ ਮੱਝਾਂ ਨੂੰ ਪਾਉਣਾ ਜਾ ਕੇ ਇਹ ਲਾਰਾ ਲਾਰਾ ਵਿੱਚ ਤਾਂ ਜੂੰਡੇ ਵੱਢਣੇ ਮੈਂ ਕਿੰਨਾ ਜ਼ਮਾਨਾ ਬਦਲੀ ਜਾ ਰਿਹਾ ਦਿਨ ਪਰ ਦਿਨ ਚੀਜ਼ ਲੋਕ ਫਾਸਟ ਹੁੰਦੇ ਜਾਂਦੇ ਆ ਗਾਹਾਂ ਗਾਹਾਂ ਵੱਧਦੇ ਜਾ ਰਹੇ ਫਾਸਟ ਤੋਂ ਫਾਸਟ ਹੁੰਦੇ ਜਾਂਦੇ ਕੁਝ ਗੱਲਾਂ ਇਲੈਕਸ਼ਨ ਵਾਲੇ ਵੀ ਕਰ ਲੈਂਦੇ ਆ ਕਦੇ ਕੀਤੀ ਨਹੀਂ ਹੈਗੀਆਂ ਦੇਖੋ ਜਦੋਂ ਕੋਈ ਵੋਟਾਂ ਜੀ ਪੈਣੀ ਹੁੰਦੀ ਜਦੋਂ ਇਹਨਾਂ ਦੇ ਐਸ ਵਾਈ ਐਲ ਵਾਲਾ ਮੁੱਦਾ ਯਾਦ ਆ ਜਾਂਦਾ ਜਿਹਦੇ ਰੌਲਾ ਪਾਉਣ ਲੱਗ ਜਾਂਦਾ ਬਾਅਦ ਮੁੱਦਾ ਪਾਣੀ ਲੈ ਲਿਆ ਜੀ ਪਾਣੀ ਲੈ ਲਿਆ ਵੋਟਾਂ ਦੇ ਬਾਅਦ ਵੋਟਾਂ ਪੈ ਜਾਣੀਆਂ ਜਦੇ ਭੁੱਲ ਜਾਣਾ ਹੁਣ ਵੋਟਾਂ ਆਉਣੀਆਂ ਉਹਦੇ ਗੱਲ ਅਲੱਗ ਜੀ ਕਰਨੇ ਚੀਜ਼ਾਂ ਅੱਗੇ ਜਿਹੜੀ ਅਗਲੀ ਪਹਿਲੀ ਵੋਟਾਂ ਵਾਲੇ ਹੁੰਦੇ ਤੇ ਜਿਹੜੇ ਬੰਦੇ ਤੇ ਅੱਗੇ ਨਾ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਹੁੰਦੇ ਤੇ ਹੁਣ ਆਪਸ ਇਹ ਆਪਸ ਵਿੱਚ ਲੜਨ ਲੱਗੇ ਹੋਏ ਉਹਨੂੰ ਬੋਲ ਪੈਂਦਾ ਉਹਨੂੰ ਬੋਲ ਪੈਂਦਾ ਉਹਨੂੰ ਬੋਲ ਪੈਂਦਾ ਕੋਈ ਨਾ ਕੋਈ ਮੁੱਦਾ ਚੱਲਦੇ ਰਹਿੰਦੇ ਆ ਕਦੇ ਕੁੱਲੜ ਪੀਜ਼ਾ ਆ ਜਾਂਦਾ ਕਦੇ ਖਹਿਰਾ ਆ ਜਾਂਦਾ ਕਦੇ ਟੋਡੋ ਆ ਜਾਂਦਾ ਵਿੱਚ ਅਤੇ ਹੁਣ ਦੋ ਕੁ ਦਿਨ ਤਾਂ ਐਸ ਵਾਈ ਐਲ ਵਾਲਾ ਆਇਆ ਹੋਇਆ ਇਹ ਤੋਂ ਬਾਅਦ ਦੇਖੋ ਨਾ ਕਿਆ ਹੁੰਦਾ ਥੋੜ੍ਹਾ ਕੁ ਦਿਨ ਰੌਲਾ ਜਿਹਾ ਪੈਂਦਾ ਫੋਨ ਵੀ ਧਾਗੇ ਵਿੱਚ ਫੋਨ ਆ ਰਿਹਾ ਇੱਥੇ ਨਾ ਚਿੱਟੀ ਜਿਹੀ ਸੁੰਡੀ ਹੋਈ ਹੋਈ ਹਾਂ ਪੱਤਾ ਵਿੱਚ ਨਾ ਬਹੁਤ ਗਿਰਦ ਫਿਰਦੀ ਹੈ ਸਪਰੇ ਕਰ ਦਈਏ ਕਿ ਨਾ ਕਰੀਏ ਮੈਂ ਕੋਈ ਨੁਕਸਾਨ ਤਾਂ ਹੈ ਨਹੀਂ ਇਹਦਾ ਇੰਨਾ ਚੱਲੀ ਹੁਣ ਤਾਂ ਹਨੇਰਾ ਹੋ ਚੱਲਿਆ ਮੂੰਹ ਹਨੇਰਾ ਜਿਹਾ ਹੋ ਗਿਆ ਮੋਬਾਈਲ ਦੀ ਲਾਈਟ ਵਾਲੀ ਮੈਂ ਨਿੰਮੇ ਨੂੰ ਕਰਿਆ ਤਾ ਫੋਨ ਮੈਂ ਨਿੰਮਾ ਕਹਿੰਦਾ ਹਲੇ ਮੈਂ ਜੀਰੀ ਝਾੜਦੇ ਹਾਂ ਮੈਂ ਚੱਲ ਘੜੀ ਬੈਠਦੇ ਹਾਂ ਅਤੇ ਸ਼ਾਮ ਤੱਕ ਆ ਜਾਓ ਹਲੇ ਸ਼ਾਮ ਤਾਂ ਹੋਏਗੀ ਅਤੇ ਸ਼ਾਇਦ ਆਏ ਜਾਵੇ ਮੇਰੇ ਘਰਾਂ ਜਾਂਦੇ ਤੱਕ ਸ਼ਾਇਦ ਬੈਠਦੇ ਯਾਰ ਹੁਣ ਨਿੰਮੇ ਨਾਲ ਘੜੀ ਕੁ ਹੁਣ ਤਾਂ 3-4 ਦਿਨ ਹੋ ਗਏ ਸ਼ਾਮ ਨੂੰ ਪਾਰਟੀ ਬਾਹਰੇ ਹੁੰਦੀ ਆ ਉਦੋਂ ਨਾ ਦੋਸਤਾਂ ਨਾਲ ਜਿੱਦਣ ਗਿਆ ਤਾਂ ਪਿੱਛੇ ਗਿਆ ਤਾਂ ਜਦੋਂ ਜਲੰਧਰ ਪਾਸਪੋਰਟ ਖਰਾਬ ਫੜਾ ਗਿਆ ਉੱਤੋਂ ਅਗਲੇ ਦਿਨ ਜਗਦੀਪ ਆ ਗਿਆ ਰਾਤ ਵੀਰ ਆ ਗਿਆ ਇੱਕ ਏਅਰਪੋਰਟ ਮੇਰਾ ਯਾਰ ਦੋਸਤ ਉਹ ਆ ਗਿਆ ਅੱਜ ਇੱਕ ਹੋਰ ਚੰਡੀਗੜ੍ਹ ਤੋਂ ਆਉਣ ਲੱਗਿਆ ਤਾਂ ਰੋਜ਼ ਸ਼ਾਮ ਨੂੰ ਕੋਈ ਨਾ ਕੋਈ ਪਾਰਟੀ ਅੱਜ ਤਾਂ ਫਿਰ ਉਹ ਵੀਰ ਨੂੰ ਮੈਂ ਜਵਾਬ ਦਿੱਤਾ ਮੈਂ ਕਿਹਾ ਫਿਰ ਨਾ ਆਇਓ ਬਈ ਡੇਲੀ ਸ਼ਾਮ ਨੂੰ ਪੈਗੜੀ ਛੈਗੜੀ ਹੋ ਜਾਂਦੀ ਅੱਜ ਮੈਂ ਕਿਹਾ ਵੀ ਰਿਲੈਕਸ ਘਰੇ ਰਹਿਣਾ ਖੋਲੋ ਵੀ ਦਰਵਾਜ਼ਾ ਖੋਲੋ ਖੋਲੋ ਹਾਂਜੀ ਜਨ ਮਹਿਲ ਜਨ ਮਹਿਲ ਅੱਜ ਕੱਦੂ ਬਣਾਇਆ ਹੈ ਕੱਦੂ ਚੱਲੋ ਅੱਜ ਕੱਲ੍ਹ ਕੱਲ੍ਹ ਗੋਭੀ ਚੱਲਦੀ ਸੀ ਅੱਜ ਕੱਦੂ ਚੱਲੂ ਮੈਨੂੰ ਗੋਭੀ ਘੱਟ ਲੱਗੀ ਆਲੂ ਜ਼ਿਆਦਾ ਲੱਗੇ ਕੱਲ ਦਾ ਹੈ ਇੱਕ ਦੋ ਪ੍ਰੋਗਰਾਮ ਹੈਗਾ ਇੱਦਾਂ ਫਿਰ ਸਾਰਾ ਦਿਨ ਘਰੇ ਕੱਢਤਾ ਅਤੇ ਕੱਲ੍ਹ ਦੱਸ ਦੇ ਇੱਕ ਦੋ ਗੱਲਾਂ ਹੋਰ ਅਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲ ਜਾਣ ਤੁਸੀਂ ਅਗਲੀ ਵੀਡੀਓ ਵਿੱਚ